ਬਈ ਛੋਟੇ ਹੁੰਦੇ ਇੱਦਾਂ ਨਹੀਂ ਹੁੰਦਾ ਸੀ ਕਿ ਵੀ ਪੇਪਰ ਦੇਣ ਤੁਰੇ ਹਾਂ ਅਤੇ ਵੀ ਰੱਬ ਨੂੰ ਕਹਿ ਕੇ ਜਾਣਾ ਅੱਜ ਵਾਲੇ ਪੇਪਰ 'ਚ ਪਾਸ ਕਰਾ ਦੀ। ਮਾਤਾ ਨੇ ਪੈਨ ਦਿੱਤਾ ਲੈ, ਕਹਿੰਦੀ ਫਰਿੱਜ 'ਤੇ ਪੈਨ ਪਿਆ ਵਾ, ਸਵੇਰੇ ਪੈਨ ਨੂੰ ਮੱਥਾ ਟਿਕਾ ਲਈ ਜੀ, ਪੈਨ ਨੂੰ ਮੱਥਾ ਟਿਕਾ ਲਈ ਵੀ ਤੂੰ ਤਾਂ ਟੇਕ ਹੀ ਲੈਣਾ। ਮੈਂ ਜੀ ਉੱਥੇ ਪਿਆ ਚੁੱਕਿਆ ਪੈਨ ਜਾ ਕੇ ਜੀ ਮੱਥਾ ਟੇਕਿਆ, ਮੈਂ ਬਾਥਰੂਮ ਮੀਟ ਪਾ ਦਿਉ ਬਸ, ਤੂੰ ਸੁੱਖਣਾ ਸੁੱਖੀ ਹੋਣੀ ਵੀ ਆਹ ਕਰੂੰਗਾ ਜੀ ਫਲਾਣਾ ਕਰੂੰਗਾ। ਉੱਥੇ ਗਿਆ ਅਤੇ ਸਾਨੂੰ ਟੀਚਰਾਂ ਨੇ ਕਿਹਾ ਸੀਗਾ ਵੀ ਪਹਿਲਾਂ ਕੁਐਸਚਨ ਪੇਪਰ ਪੂਰਾ ਪੜ੍ਹਨਾ, ਜਿਹੜੇ ਪਹਿਲਾਂ ਆਉਂਦੇ ਉਹ ਟਿਕ ਕਰ ਲੈਣੇ ਵੀ ਆਹ ਆਉਂਦਾ ਆਹ ਆਉਂਦਾ ਆਹ ਆਉਂਦਾ, ਪਹਿਲਾਂ ਉਹ ਉਤਾਰਨੇ। ਮੈਂ ਹਜੇ ਨਾ ਕਿਊ ਪਾ ਕੇ ਅਤੇ ਕੁਐਸਚਨ ਹੀ ਲਿਖਿਆ, ਆਂਸਰ ਮੈਨੂੰ ਆਉਂਦਾ, ਮੈਂ ਲਿਖਣ ਲੱਗਾ ਅਤੇ ਮੈਂ ਪੁਰਾਣਾ ਪੈਨ ਲੈ ਗਿਆ, ਉਹਦੀ ਸਾਈ ਮੁੱਕ ਗਈ। ਅੱਛਾ, ਅਰਦਾਸ ਪੁਰਾਣੀ ਦੀ ਕਰਾ ਦਿੱਤੀ, ਮਾੜੀ ਕਿਸਮ। ਮੁਸ਼ਕਿਲ ਨਾਲ ਚਾਰ ਕੇ ਪੰਜ ਕੁਐਸਚਨ ਆਉਂਦੇ ਸੀ ਚਾਰ ਕ, ਉਹ ਮੈਂ ਕਿਹਾ ਪਹਿਲਾਂ ਆਹ ਵੇਖਾਂ ਫੇਰ ਵੇਖਦੇ ਕੀ ਤੂੰ ਨਕਲ ਮਾਰਦੀ। ਉਹ ਪਹਿਲਾਂ ਕੁਐਸਚਨ ਲਿਖਿਆ, ਆਂਸਰ ਲੱਗਾ ਲਿਖਣ ਤੋਂ, ਗਲਤੀ ਨਾਲ ਪੈਨ ਪੁਰਾਣਾ ਆ ਗਿਆ, ਉਹਦੀ ਛਾਈ ਮੁੱਕ ਗਈ। ਸਾਹਮਣੇ ਨਾ ਅਗਲੇ ਬੈਂਚ 'ਤੇ ਕੁੜੀ ਮੇਰੇ ਨਾਲ ਪੜ੍ਹਦੀ, ਉਹਦਾ ਨਾਂ ਸੁਸ਼ਮਾ ਰਾਣੀ। ਅੱਛਾ, ਅਤੇ ਮੈਂ ਹੁਣ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਸਾਹ ਵੀ ਉੱਚਾ ਨਹੀਂ ਲੈਣਾ, ਪਹਿਲਾਂ ਬੋਰਡ ਦਾ ਪੇਪਰ ਸੀਗਾ ਵੀ ਸਾਹ ਵੀ ਉੱਚਾ ਲੈ ਲਿਆ ਅਤੇ ਕਲਾਸ 'ਚੋਂ ਬਾਹਰ ਕੱਢ ਦਿੰਦੇ। ਮੈਂ ਨਾ ਹੌਲੀ ਹੌਲੀ ਕਿਹਾ, ਮੈਂ ਸੁਸ਼ਮਾ ਸੁਸ਼ਮਾ, ਹੁਣ ਉਹਦੀ ਇੱਕ ਛੇੜ ਪਾਈ ਹੋਈ ਸੀ ਕਲਾਸ 'ਚ, ਸਾਰਿਆਂ ਦੀ ਛੇੜ ਹੁੰਦੀ ਆ, ਹੁਣ ਸਾਰੀ ਜ਼ਿੰਦਗੀ ਜਿਹਨੂੰ ਤੰਗ ਕੀਤਾ ਹੋਵੇ ਉਹ ਤੁਹਾਡੀ ਗੱਲ ਕਿੱਥੋਂ ਸੁਣੇ, ਉਹਨੂੰ ਵੀ ਤਾਂ ਇਹੀ ਕਿਹਾ ਸੀ ਵੀ ਜੇ ਤੇਰਾ ਸਾਹ ਉੱਚਾ ਤੈਨੂੰ ਕੱਢ ਦੇਣਾ ਬਾਹਰ। ਓਕੇ, ਮੈਂ ਨਾ ਪੰਜ ਕੁ ਵਾਰੀ ਸੁਸ਼ਮਾ 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 ਕਹਿ ਕੇ ਨਾ ਉਹ ਨਹੀਂ ਸੁਣਿਆ, ਮੈਂ ਹਾਰ ਕੇ ਉਹਨੂੰ ਬੁਲਾਇਆ, ਮੈਂ ਸੁਸ਼ਮਾ ਹੁਣ ਸਾਡੇ ਵੇਲੇ ਮਤਲਬ ਹੱਥ ਮਿਲਾਉਣਾ ਬੜੀ ਵੱਡੀ ਗੱਲ ਹੁੰਦੀ ਸੀ ਸਕੂਲਾਂ 'ਚ ਪੜ੍ਹਦੇ ਆ, ਉਹ ਖੜੀ ਕਿਤੇ ਤੂੰ ਮੈਨੂੰ ਹੱਥ ਲਾਇਆ, ਮੈਂ ਕਿਹਾ ਮੈਂ ਤੇਰੇ ਹੱਥ ਜੁੜਦਾ ਬੈਠਾ ਮੈਡਮ ਨਾਲ ਵੇਖ ਲੈ ਬੈਠਾ, ਮੈਂ ਕਿਹਾ ਮੇਰਾ ਪੈਨ ਕਹਿੰਦੀ ਤੂੰ ਮੈਨੂੰ, ਉਹ ਮੈਂ ਕਿਹਾ ਮੈਂ ਤੇਰੇ ਹੱਥ ਜੁੜਦਾ, ਮੈਂ ਗਲਤੀ ਨਾਲ ਲੱਗ ਗਿਆ, ਮੈਨੂੰ ਪੈਨ ਪੁੱਨ ਭੁੱਲ ਗਿਆ ਸਭ ਨੂੰ, ਬਾਅਦ 'ਚ ਮੈਨੂੰ ਬਾਅਦ 'ਚ ਪੁੱਛਿਆ ਉਹਨੇ ਹੌਲੀ, ਕਹਿੰਦੀ ਹਾਂ ਦੱਸ ਕੀ ਨਕਲ ਮਾਰਦੀ, ਮੈਂ ਕਹਿੰਦੀ ਮੈਨੂੰ ਚਾਰ ਕੁਐਸਚਨ ਆਉਂਦੇ ਆ, ਮੈਂ ਆਪਣੇ ਨਾਲ ਆਪਣਾ ਪਟੈਂਡ ਕਰ, ਚਾਰ ਆਉਂਦੇ ਆ, ਮੇਰੇ ਪੈਨ ਦੀ ਸਾਈ ਮੁੱਕ ਗਈ ਆ, ਪਾਸ ਵੀ ਤੂੰ ਉਹਨੇ ਹੀ ਕਰਾਇਆ। ਅੱਛਾ, ਉਹਨੂੰ ਪਤਾ ਸੀਗਾ ਵੀ ਇਹ ਨਲਾਇਕ ਆ ਕਲਾਸ ਦਾ ਸਭ ਤੋਂ, ਮੈਡਮਾਂ ਨੇ ਨਾ ਰੋਲ ਨੰਬਰ ਉਸ ਹਿਸਾਬ ਨਾਲ ਰੱਖੇ ਹੁੰਦੇ ਸੀ ਵੀ ਆਹ ਇਹਦੇ, ਹਾਲਾਂਕਿ ਮੇਰਾ ਰੋਲ ਨੰਬਰ 13 ਸੀਗਾ, ਉਹਦਾ ਪਤਾ ਨਹੀਂ ਕਿਹੜਾ ਸੀ, ਉਹ ਮੇਰੇ ਅੱਗੇ ਨੰਬਰ ਪਾਇਆ ਹੋਇਆ ਉਹਦਾ, ਮੇਰੇ ਅੱਗੇ ਵੀ ਇੱਕ ਹੁਸ਼ਿਆਰ ਬੱਚਾ ਬਿਠਾਇਆ, ਮੇਰੇ ਪਿੱਛੇ ਵੀ ਹੁਸ਼ਿਆਰ ਬਿਠਾਇਆ ਮੈਡਮ, ਕਿਉਂਕਿ ਮੈਂ ਕਬੱਡੀ 'ਚ ਸੀਗਾ, ਤਾਂ ਉਹਨਾਂ ਨੂੰ ਹੁੰਦਾ ਵੀ ਸਾਡਾ ਬੱਚਾ ਫੇਲ ਨਾ ਹੋਵੇ, ਪੇਪਰ ਉਸ ਹਿਸਾਬ ਨਾਲ ਰੱਖਦੇ ਸੀ, ਉਹਨੇ ਪੇਪਰ ਕਰਾਉਣਾ ਸੀ ਮੇਰਾ, ਮੈਨੂੰ ਕਾਹਲੀ ਸੀ ਵੀ ਜੇ ਚਾਰ ਆਉਂਦੇ ਉਹਦੇ ਨਵੇੜਾ ਫਟਾਫਟ, ਹੈ ਨਾ, ਜਿਹੜੀ ਪੈਨ ਵਾਲੀ ਤੁਸੀਂ ਗੱਲ ਕੀਤੀ ਉਹ ਪੈਨ ਵਾਲਾ ਵਾਕਿਆ ਮੇਰੀ ਜ਼ਿੰਦਗੀ 'ਚ ਹੋਇਆ ਵਾ। ਅੱਛਾ ਅੱਛਾ, ਮਤਲਬ ਦੇਖ ਲਓ ਕਿੰਨੇ ਖੁਸ਼ ਹੋ ਰਹੇ ਨੇ ਯਾਦ ਕਰਕੇ, ਬਟ ਇਹ ਇਨੋਸੈਂਸ ਹੁੰਦੀ ਹੈ ਬੇਸਿਕਲੀ, ਯਕੀਨ ਮੈਡਮ ਖੁਸ਼ ਹੋਣਾ ਨਹੀਂ, ਇੱਕੋ ਹੀ ਤਾਂ ਬੋਰਡ ਦਾ ਸਰਟੀਫਿਕੇਟ 8ਵੀਂ ਦਾ ਬਸ ਮੇਰੇ ਕੋਲ, ਹੋਰ ਤਾਂ ਹੈ ਹੀ ਨਹੀਂ। ਨਹੀਂ ਭਾਜੀ, ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੈ ਉਹ ਰੱਬ ਦਾ ਦਿੱਤਾ, ਬਹੁਤ ਸੋਹਣਾ। ਚਲੋ ਕੋਈ ਰਿਪੋਰਟ ਕਾਰਡ ਬਣਿਆ ਨਹੀਂ ਦੁਨੀਆ 'ਤੇ ਇਹੋ ਜਿਹਾ ਜਿਹੜਾ ਕਿਸੇ ਦੀ ਮਤਲਬ ਸੋਚ ਦੇ ਨੰਬਰ ਲਾ ਸਕੇ।